ਪੰਜਾਬ ਦੇ ਪੰਜਾਬੀ ਅਖਬਾਰਾਂ ਅਜੀਤ ਅਤੇ ਜਗਬਾਣੀ ਵਿਚਾਲੇ ਨੰਬਰ ਇੱਕ ਹੋਣ ਦੀ ਜੰਗ ਛਿੜੀ ਹੋਈ ਹੈ। ਦੋਵੇਂ ਹੀ ਪੰਜਾਬੀ ਦੇ ਨੰਬਰ ਇੱਕ ਅਖਬਾਰ ਹੋਣ ਦਾ ਦਾਅਵਾ ਕਰ ਰਹੇ ਹਨ ਅਤੇ ਅਸਲ ਵਿੱਚ ਦੋਵੇਂ ਹੀ ਸੱਚੇ ਹਨ, ਪਰ ਸਵਾਲ ਪੈਦਾ ਹੁੰਦਾ ਹੈ ਕਿ ਦੋਵੇਂ ਹੀ ਕਿਵੇਂ ਹੋ ਸਕਦੇ ਹਨ ਨੰਬਰ ਇੱਕ। ਆਓ ਤੁਹਾਨੂੰ ਦੱਸਦੇ ਹਾਂ ਨੰਬਰ ਇੱਕ ਦੀ ਇਸ ਖੇਡ ਦਾ ਸੱਚ। ਅਸਲ ਵਿੱਚ ਦੋਵੇਂ ਹੀ ਅਖਬਾਰ ਦੋ ਵੱਖ ਵੱਖ ਅਦਾਰਿਆਂ ਦੇ ਆਸਰੇ ਆਪਣੀ ਆਪਣੀ ਨੰਬਰ ਇੱਕ ਦੀ ਦਾਅਵੇਦਾਰੀ ਠੋਕ ਰਹੇ ਹਨ। ਭਾਰਤ ਵਿੱਚ ਅਖਬਾਰਾਂ ਦੀ ਛੱਪਣ ਗਿਣਤੀ ਅਤੇ ਪਾਠਕਾਂ ਦੀ ਗਿਣਤੀ ਦੱਸਣ ਲਈ ਦੋ ਪ੍ਰਮੁੱਖ ਸੰਸਥਾਵਾਂ ਹਨ। ਇੱਕ ਹੈ ਮੀਡੀਆ ਰਿਸਰਚ ਯੂਜ਼ਰਸ ਕਾਊਂਸਲ MRUC, ਜੋ ਇੰਡੀਅਨ ਰੀਡਰਸ਼ਿਪ ਸਰਵੇ ਭਾਵ IRS ਕਰਵਾਉਂਦੀ ਹੈ। ਦੂਸਰੀ ਹੈ ਆਡਿਟ ਬਿਊਰੋ ਆਫ ਸਰਕੂਲੇਸ਼ਨ ਯਾਨੀ ABC, ਜੋ ਅਖਬਾਰਾਂ ਦੀ ਛੱਪਣ ਗਿਣਤੀ ਨੂੰ ਪ੍ਰਮਾਣਿਤ ਕਰਦੀ ਹੈ। ਇਹ ਦੋਵੇਂ ਹੀ ਗੈਰ ਮੁਨਾਫਾ ਨਿੱਜੀ ਅਦਾਰੇ ਹਨ। ਇੰਡੀਅਨ ਰੀਡਰਸ਼ਿਪ ਸਰਵੇ ਕਰਨ ਵਾਲਾ ਅਦਾਰਾ MRUC ਸਿੱਧਾ ਆਮ ਲੋਕਾਂ ਵਿੱਚ ਜਾ ਕੇ ਉਹਨਾਂ ਵੱਲੋਂ ਪੜ੍ਹੀਆਂ ਜਾਂਦੀਆਂ ਅਖਬਾਰਾਂ ਅਤੇ ਮੈਗਜ਼ੀਨਾਂ ਬਾਰੇ ਜਾਣਕਾਰੀ ਲੈਂਦਾ ਹੈ। MRUC ਵੱਲੋਂ ਜਾਰੀ ਰਿਪੋਰਟ ਮੁਤਾਬਕ ਇਸ ਵਾਰ ਉਸਨੇ 320,000 ਲੋਕਾਂ ਨਾਲ ਗੱਲਬਾਤ ਕਰਕੇ ਸਰਵੇ ਤਿਆਰ ਕੀਤਾ ਹੈ। ਦੂਜੇ ਪਾਸੇ ABC ਆਪਣੇ ਮੈਂਬਰ ਪ੍ਰਕਾਸ਼ਕਾਂ ਵੱਲੋਂ ਦਿੱਤੇ ਗਏ ਛਪਾਈ ਦੇ ਅੰਕੜਿਆਂ ਦੇ ਆਧਾਰ ਉੱਤੇ ਰਿਪੋਰਟ ਤਿਆਰ ਕਰਦੀ ਹੈ। ਹਰ ਛਿਮਾਹੀ ਦੌਰਾਨ ਹਰ ਅਖਬਾਰ ਆਪਣੇ ਵੱਲੋਂ ਛਾਪੀਆਂ ਗਈਆਂ ਕਾਪੀਆਂ ਦੀ ਗਿਣਤੀ ਦੀ ਰਿਪੋਰਟ ABC ਨੂੰ ਭੇਜਦੇ ਹਨ। ਮੀਡੀਆ ਬਾਰੇ ਖੋਜੀ ਪੱਤਰਕਾਰੀ ਕਰਨ ਵਾਲੀ ਵੈਬਸਾਈਟ ਨਿਊਜ਼ ਲਾਉਂਡਰੀ ਮੁਤਾਬਕ ਸਾਰੀ ਗੜਬੜ ਇਸੇ ਵਿੱਚ ਹੁੰਦੀ ਹੈ। ਮੀਡੀਆ ਅਦਾਰੇ ਬਾਜ਼ਾਰ ਵਿੱਚ ਭੇਜੀਆਂ ਜਾਣ ਵਾਲੀਆਂ ਕਾਪੀਆਂ ਤੋਂ ਕਿਤੇ ਵੱਧ ਕਾਪੀਆਂ ਛਾਪਦੇ ਹਨ ਅਤੇ ਇਸ ਦੀ ਰਿਪੋਰਟ ABC ਨੂੰ ਭੇਜ ਦਿੰਦੇ ਹਨ। ਇਹ ਵਾਧੂ ਛਾਪੀਆਂ ਗਈਆਂ ਕਾਪੀਆਂ ਦਾ ਕੁਝ ਹਿੱਸਾ ਇਸ਼ਤਿਹਾਰ ਏਜੰਸੀਆਂ ਨੂੰ ਵੰਡ ਦਿੱਤਾ ਜਾਂਦਾ ਹੈ, ਜਦਕਿ ਵੱਡਾ ਹਿੱਸਾ ਪ੍ਰੈਸ ਤੋਂ ਸਿੱਧਾ ਰੱਦੀ ਵਿੱਚ ਚਲਾ ਜਾਂਦਾ ਹੈ। ਜਗਬਾਣੀ ਅਤੇ ਅਜੀਤ ਵਿਚਾਲੇ ਚੱਲ ਰਹੀ ਨੰਬਰ ਇੱਕ ਹੋਣ ਦੀ ਇਸ਼ਤਿਹਾਰੀ ਜੰਗ ਨੂੰ ਸਮਝਣ ਲਈ ਇਹਨਾਂ ਇਸ਼ਤਿਹਾਰਾਂ ਵੱਲ ਗੌਰ ਕਰਨ ਦੀ ਲੋੜ ਹੈ। ਜਗਬਾਣੀ ਜਿੱਥੇ ਪਾਠਕਾਂ ਦੇ ਮਾਮਲੇ ਵਿੱਚ ਆਪਣੇ ਆਪ ਨੂੰ ਪਹਿਲੇ ਨੰਬਰ ਉੱਤੇ ਦੱਸ ਰਿਹਾ ਹੈ, ਉੱਥੇ ਹੀ ਅਜੀਤ ਕਾਪੀਆਂ ਦੀ ਔਸਤ ਵਿਕਰੀ ਦੇ ਮਾਮਲੇ ਵਿੱਚ ਪਹਿਲੇ ਨੰਬਰ 'ਤੇ ਹੋਣ ਦਾ ਦਾਅਵਾ ਕਰ ਰਿਹਾ ਹੈ। ਇਸ ਤਰ੍ਹਾਂ ਇਹ ਦੋਵੇਂ ਹੀ ਆਪੋ ਆਪਣੀ ਜਗ੍ਹਾ ਸੱਚੇ ਹਨ ਅਤੇ ਦੋਵੇਂ ਹੀ ਨੰਬਰ ਇੱਕ ਹਨ। ਨੰਬਰ ਇੱਕ ਹੋਣ ਦੀ ਇਹ ਸਾਰੀ ਲੜਾਈ ਸਭ ਤੋਂ ਵੱਧ ਇਸ਼ਤਿਹਾਰਾਂ ਉੱਪਰ ਕਬਜ਼ਾ ਕਰਨ ਅਤੇ ਇਸ਼ਤਿਹਾਰਾਂ ਦੇ ਉੱਚੇ ਭਾਅ ਮਿੱਥਣ ਲਈ ਕੀਤੀ ਜਾਂਦੀ ਹੈ। ਜਿਸ ਅਖਬਾਰ ਦੀ ਵਿਕਣ ਗਿਣਤੀ ਅਤੇ ਪਾਠਕ ਸੰਖਿਆ ਸਭ ਤੋਂ ਜ਼ਿਆਦਾ ਹੋਵੇਗੀ, ਉਸ ਕੋਲ ਹੀ ਵੱਧ ਇਸ਼ਤਿਹਾਰ ਆਉਣਗੇ ਅਤੇ ਉਹੀ ਇਸ਼ਤਿਹਾਰਾਂ ਦੀਆਂ ਦਰਾਂ ਮਨ ਮਰਜ਼ੀ ਨਾਲ ਵਸੂਲ ਸਕਣਗੀਆਂ। ਇਹ ਦੋਵੇਂ ਅਖਬਾਰਾਂ ਦੇ ਅਦਾਰੇ ਪੰਜਾਬੀ ਅਖਬਾਰਾਂ ਦੇ ਮਾਮਲੇ ਵਿੱਚ ਤਾਂ ਇਹ ਖੇਡ ਖੇਡ ਹੀ ਰਹੇ ਹਨ। ਹਿੰਦ ਸਮਾਚਾਰ ਗਰੁੱਪ ਆਪਣੀ ਹਿੰਦੀ ਅਖਬਾਰ ਪੰਜਾਬ ਕੇਸਰੀ ਦੇ ਮਾਮਲੇ ਵਿੱਚ ਇੱਕ ਕਦਮ ਹੋਰ ਵੀ ਅਗਾਂਹ ਚਲਿਆ ਗਿਆ ਹੈ। 4 ਫਰਵਰੀ ਦੇ ਜਗਬਾਣੀ ਅਖਬਾਰ ਦੇ ਮੁੱਖ ਪੰਨੇ ਉੱਤੇ ਛਪੇ ਇਸ਼ਤਿਹਾਰ ਵਿੱਚ ਪੰਜਾਬ ਦੇ ਅੰਕੜੇ ਦੇ ਕੇ ਦਾਅਵਾ ਕੀਤਾ ਗਿਆ ਹੈ ਕਿ ਜਗਬਾਣੀ ਅਤੇ ਪੰਜਾਬ ਕੇਸਰੀ ਦੀ ਪਾਠਕ ਗਿਣਤੀ ਦੈਨਿਕ ਭਾਸਕਰ, ਅਜੀਤ, ਦੈਨਿਕ ਜਾਗਰਣ, ਪੰਜਾਬੀ ਜਾਗਰਣ, ਅਮਰ ਉਜਾਲਾ ਆਦਿ ਅਖਬਾਰਾਂ ਤੋਂ ਕਿਤੇ ਜ਼ਿਆਦਾ ਹੈ। ਇਸ ਦੇ ਨਾਲ ਹੀ ਦਿੱਤੇ ਗਏ ਦੂਜੇ ਇਸ਼ਤਿਹਾਰ ਵਿੱਚ ਸਿਰਫ ਜਗਬਾਣੀ ਅਤੇ ਪੰਜਾਬ ਕੇਸਰੀ ਦੇ ਪੂਰੇ ਭਾਰਤ ਦੇ ਕੁੱਲ ਅੰਕੜੇ ਦੇ ਕੇ ਦੋਵਾਂ ਨੂੰ ਸਾਂਝੇ ਰੂਪ ਵਿੱਚ ਉੱਤਰ ਭਾਰਤ ਵਿੱਚ ਪਹਿਲੇ ਨੰਬਰ ਦੇ ਅਖਬਾਰ ਹੋਣ ਦਾ ਦਾਅਵਾ ਕੀਤਾ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਇੱਥੇ ਬਾਕੀ ਅਖਬਾਰਾਂ ਦੇ ਸਮੁੱਚੇ ਭਾਰਤ ਦੇ ਅੰਕੜੇ ਨਹੀਂ ਦਿੱਤੇ ਗਏ, ਕਿਉਂਕਿ ਜੇ ਸਾਰੀਆਂ ਅਖਬਾਰਾਂ ਦੇ ਅੰਕੜੇ ਦਿੱਤੇ ਜਾਣਗੇ ਤਾਂ ਸਮੁੱਚੇ ਭਾਰਤ ਵਿੱਚ ਪੰਜਾਬ ਕੇਸਰੀ 7ਵੇਂ ਨੰਬਰ ਉੱਤੇ ਖਿਸਕ ਜਾਵੇਗਾ। ਤੁਸੀਂ ਸ਼ਾਇਦ ਹੈਰਾਨ ਹੋਵੋਗੇ ਕਿ ਇਹ ਖੇਡ ਸਿਰਫ ਪੰਜਾਬੀ ਅਖਬਾਰਾਂ ਵਿੱਚ ਹੀ ਚੱਲ ਰਹੀ ਹੈ। ਜੀ ਨਹੀਂ ਜਨਾਬ, ਇਹ ਸਿਰਫ ਪੰਜਾਬੀ ਅਖਬਾਰਾਂ ਹੀ ਨਹੀਂ, ਦੇਸ਼ ਭਰ ਦੀਆਂ ਕਈ ਵੱਡੀਆਂ ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਦੀਆਂ ਅਖਬਾਰਾਂ ਵੀ ਅੰਕੜਿਆਂ ਦੀ ਇਹ ਖੇਡ ਕਰਕੇ ਆਪਣੇ ਆਪ ਨੂੰ ਨੰਬਰ ਇੱਕ ਅਖਬਾਰ ਸਾਬਤ ਕਰਨ ਦੀ ਕੋਸ਼ਿਸ਼ ਕਰਦੀਆਂ ਰਹਿੰਦੀਆਂ ਹਨ। ਪਿਛਲੇ ਦਿਨੀ ਅੰਗਰੇਜ਼ੀ ਅਖਬਾਰਾਂ ਹਿੰਦੁਸਤਾਨ ਟਾਈਮਸ ਅਤੇ ਦਾ ਟ੍ਰਿਬਿਊਨ ਵਿਚਾਲੇ ਵੀ ਇਸ਼ਤਿਹਾਰਾਂ ਦੀ ਇਹ ਜੰਗ ਛਿੜੀ ਰਹੀ ਸੀ। ਸੋ ਇਹ ਹਨ ਉਹ ਤੱਥ
ਜੋ ਦੱਸਦੇ ਹਨ ਕਿ ਅਜੀਤ ਅਤੇ ਜਗਬਾਣੀ ਦੋਵੇਂ ਹੀ ਕਿਵੇਂ ਬਣ ਗਏ ਨੰਬਰ ਇੱਕ ਅਖਬਾਰ। ਤੁਹਾਡਾ ਪਸੰਦੀਦਾ ਅਖਬਾਰ ਕਿਹੜਾ ਹੈ ਸਾਨੂੰ ਕਮੈਂਟ ਕਰਕੇ ਦੱਸਣਾ ਨਾ ਭੁੱਲਣਾ। ਜੇ ਤੁਹਾਨੂੰ ਇਹ ਰਿਪੋਰਟ ਪਸੰਦ ਆਈ ਤਾਂ ਜ਼ੋਰਦਾਰ ਟਾਈਮਸ ਦਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ ਅਤੇ ਹੋਰਾਂ ਨਾਲ ਵੀ ਸਾਂਝਾ ਕਰਨਾ। ਜ਼ੋਰਦਾਰ ਟਾਈਮਸ ਦਾ ਪੱਕਾ ਵਾਅਦਾ, ਖਬਰਾਂ ਦੀ ਜ਼ੋਰਦਾਰ ਪੜਤਾਲ ਦਾ ਇਰਾਦਾ।